السلام عليكم. میں ہاں شاید خان تو تو میرے تو یوٹیوب چینل شاید نہ نبیلا ہو کیا حال ہے ٹھیک ہو ٹائم ہو گیا تقریبا 11:30 دا تے آئی 6:30 بن رہی ہے تھوان کوئی دا ماحول چیک کرائی نے تے بہت بڑی مشین ہے ڈوسن مشین وہ بنیا کے اس طرح کام کر دی ہے ویڈیو دے نال نال رہنا ویڈیو اچھی لگے تو چینل نوں ضرور سبسکرائب کرنا نے سڑک دے تو تم چیک کرائی نے دوستو اے سامنے تانوں اس دا پیو سی ساڈی سڑک ہے پکی کیونکہ وہ کوئی ٹوٹ گیا ہے کہ اودے پھلا کھلا بنا گیا تے ہن بالکل نویں تیار کر گئے سڑک اے ویکھنے کافی اس کھڈے تے مار دتے ہیں کپا بچا گیا اے اگے پل بنائی نے اے ساڈا رام پے تو اے ساری اس طرف پکی بنی ہوندی اوں دے کپڑ مشین ہے اگے موڑ چ کھلا تو جول کے بھی کھائی نا ایک پول ایتھے بنی پئی ہے تے چا پھر نا کپڑ ہال ایکسیلیٹر والے ساری یہ مٹی ویکھ لا ایتھے روڈ ہائی ٹھیک لیکن اس سیٹنگ موڑ ہی کرن دے پے عوام واسطے بڑی کوئی خبر ہی ہے چلو روڈ ہن سارا سیٹ ہو گئی سی کھلائی ہو گئی سامنے ہن بنا رہی ہے ساری سڑک یہ ساری مٹی لگ چکی ہے سڑک بن نکلی ہے نہ کوئی ویڈیو بھی کھائی ہے صحیح بنتا پیا اچھا بکری قربانی واسطے لائیے یار منڈی کی سب الیمنٹ ہی چل رہی ہے کیا صورت حال ہے منڈی کی مہنگی ہے یار یہ 22,000 دی آئی اتلی منڈی سے مانگ ویڈیو بنا تھا چلو ٹھیک ہے سارے جٹاں دی کیکڑے ہیں چلتے پئی ویڈیو تیرے ٹھیک ہے پٹھان انڈیا کا بڑا شوقین ہے سڑک کی کوئی ویڈیو ویکھی ہو سی تے ہن میں جا رہی ہاں کوٹ بہادر کوئی تو تھوں مول وی کہنے او دیکھ سودا کیو دا ویکھنا کوئی علاقے دا تھوں ہن مول چیک کرے نے مو سمجھ کافی خوبصورت ہے جھاڑ بنے ہویا کیونکہ دو تین دن پہلے بارش ہوئی ہے موسم بالکل چھٹے ساڈے کول تو کمنٹ دسا کہ تو بہادر موسم کی ہے کوٹ بہادر وی ور پہنچ چکا کوئی کوٹ بہادر مول چیک کرائے منگل ہے کیونکہ منڈی ہے کافی زیادہ رش ہے
ਇੱਥੋਂ ਪਵਾਇਆ ਪੈਟਰੋਲ ਇਹਦਾ ਨਾਂ ਸ਼ਾਇਦ ਆਬਾਸ ਕੋਟ ਬਾਜਾ ਤੁਹਾਡਾ ਚੱਕਰ ਲੱਗ ਗਏ ਤਾਂ ਇਸ ਬਾਈਕਲ ਤੁਹਾਡੀ ਪੈਟਰੋਲ ਪਵਾਇਓ ਬਿਲਕੁਲ ਇਹਦਾ ਹਰ ਸ਼ੈਕਲ ਯਾਰ ਪੰਪ ਰੇਟ ਤੇ ਹਰ ਕੇ ਅੱਛਾ ਕਿਉਂਕਿ ਬੈਕ ਸਾਈਡ ਤੇ ਬੈਠੇ ਨਾ ਰੁਪਈਆ ਦੋ ਇਹਨਾਂ ਦਾ ਵਾਧਾ ਹੁੰਦਾ ਲੇਕਿਨ ਇਹ ਬਈ ਇਹਦੀ ਚੀਜ਼ ਬਿਲਕੁਲ ਖਾਲਿਸ ਪਹਿਲੀ ਵਾਰ ਹੁਣ ਜਾ ਰਹੇ ਹਾਂ ਇਲਾਕੇ 'ਚ ਉੱਥੇ ਵੇਖਣਾ ਇੱਕ ਜਾਲੀਆਂ ਦਾ ਸੌਦਾ ਅਤੇ ਕੋਈ ਮਾਹੌਲ ਚੈੱਕ ਕਰੋ ਜਦੋਂ ਨਾ ਅਰਮਾਨ ਦੀ ਭਈ ਰਜਵਾਇਆ ਉਹਦੇ 'ਚ ਪਹੁੰਚਾਇਆ ਇੱਥੇ ਕਪਾਲ ਪਈਏ ਇਹ ਤੁਹਾਨੂੰ ਵਿਜ਼ਿਟ ਕਰਾਂ ਕਪਾਲ ਜੀ ਬਾਰੇ ਇਸ ਟਾਈਮ ਇਲਾਕੇ ਦੇ ਵਿੱਚ ਮੌਜੂਦ ਹਾਂ ਸਾਊਦਾਬਾਦ ਆਏ ਵੇਦੇ ਹੁਣ ਧੁੱਪ ਨਿਕਲੀ ਖੜੀ ਕਾਫੀ ਕਿਉਂਕਿ ਟਾਈਮ ਤਕਰੀਬਨ ਡੇਢ ਦਾ ਹੋ ਚੁੱਕਾ ਅੱਧੇ ਬੂਟੇ ਵੇਖ ਲਿਆ ਸੀ ਅੱਧੇ ਬੂਟੇ ਅੱਗੇ ਖੜੇ ਉਸ ਸਾਈਡ ਜੀ ਬਾਰੇ ਇੱਥੇ ਕੋਈ ਮਿਰਚਾਂ ਲੱਗੀਆਂ ਸਾਫੀਆਂ ਬੜੀਆਂ ਖੂਬਸੂਰਤ ਬੜੀਆਂ ਦੇਸੀ ਮਿਰਚਾਂ ਤੁਹਾਨੂੰ ਇਹ ਵਿਖਾ ਦੇਵੀ ਫਾਈਨਲੀ ਜੀ ਬਾਤ ਸੌਦਾ ਸਾਡੇ ਕੋਈ ਨਹੀਂ ਹੋਇਆ ਕਿਉਂਕਿ ਸੌਦਾ ਹਾਈ 50,000 ਦਾ ਜੱਟ ਮੰਗਦਾ 2.5 ਲੱਖ ਬਹੁਤ ਹੀ ਫਰਕ ਹੈ ਵਿੱਚ ਜੀ ਬਾਰ ਹੁਣ ਇੱਕ ਨਵੀਂ ਜਗ੍ਹਾ 'ਤੇ ਆ ਗਏ ਹਾਂ ਇੱਥੇ ਕੀ ਕਰਾਂ ਦੀ ਦੱਸ ਉਹ ਵੇਹਨੇ ਹਾਂ ਅਗਾਂਹ ਨਹੀਂ ਆ ਰਹੇ ਆਹ ਸਾਹਮਣੇ ਕਿੱਕਰ ਖਾ ਲੈਣ ਉਹ ਜੋਲ ਕੇ ਵੇਹਨੇ ਹਾਂ ਫਾਈਨਲੀ ਵੀ ਬਾਰ ਆਪਣਾ ਹਾਂ ਇੱਕ ਕਿੱਕਰ ਇੱਕ ਇਹ ਬੂਟਾ ਹੈ ਇਹਨਾਂ ਦਾ ਮਾਲਕ ਇੱਥੇ ਕੋਈ ਨਹੀਂ ਇੱਥੇ ਫਸਲਾਂ ਦੀ ਕਟਾਈ ਹੋ ਰਹੀ ਹੈ ਨਿੱਕੇ ਨਿੱਕੇ ਚੂਹਾ ਰਹੇ ਵੇਖੋ ਲੱਗੇ ਬੈਠਣ ਫਸਲ ਕੱਟ ਰਹੇ ਇਹ ਸਾਰੇ ਬੂਟੇ ਨਿਕਲ ਸਕਦੇ ਨੇ ਇਹਦਾ ਨੰਬਰ ਸਾਨੂੰ ਕਿੱਥੇ ਮਿਲਦਾ ਸੀ ਅਤੇ ਅਸਾਂ ਵੇਖ ਲੈਣ ਇਸ ਚੂਹਾ ਕੱਲ੍ਹ ਬੈਠਾ ਇੱਥੇ ਫਸਲ ਸ਼ਸਲ ਪਲਟ ਰਹੇ ਹਨ ਇਹਨਾਂ ਦੇ ਕੋਲ ਪੁੱਛਿਆ ਅਤੇ ਅਸਾਂ ਨੰਬਰ ਤੁਹਾਨੂੰ ਉਦੋਂ ਮਿਲ ਗਈ ਸੀ ਕਿਉਂਕਿ ਬੰਦਾ ਰਹਿੰਦਾ ਸ਼ੋਰਕੋਟ ਉੱਥੋਂ ਆ ਕੇ ਇਹਦਾ ਨੰਬਰ ਲੈਂਦੇ ਹਾਂ ਅਤੇ ਮੁੜ ਨਾਲ ਕਾਲ ਅਤੇ ਸਭ ਦਾ ਮੁਕਾਈਨੇ ਹਾਂ ਹੁਣ ਮੈਂ ਇਸ ਬਾਈਕਲ ਆ ਚੁੱਕਾ ਹੁਣ ਲਾਇਆ ਕੁਹਾੜੀ ਬੰਦ ਕੁਹਾੜੀ ਤਾਂ ਲਾਇਆ ਹਮਨੇ ਆ ਮੁੱਲ ਤਾਂ ਮੁਕਾ ਮੁੱਲ ਮੁੱਕ ਗਈ ਆ ਕਿਹੜਾ 27 ਲੈ ਠੀਕ ਹੈ ਹਾਂ ਹਾਂ ਤੈਨੂੰ ਸਾਰੇ ਬੰਦੇ ਵੇਦ ਪੈਣ ਹਾਂ ਘਰ 'ਚ ਹੁਣ ਹਾਂ ਨਹੀਂ ਇੰਝ ਕਰਨੀ ਜਦ ਤਾਈ ਹਾਂ ਹੋ ਗਈ ਮੁੜ ਨਾ ਨਹੀਂ ਆਉਣੀ ਗੱਲ ਕਰਨੀ ਆ ਪੱਕੀ ਕਰਨੀ ਮੁੱਲ ਮੁਕਾ ਲਾ ਟੱਕੀਆਂ ਲਾ ਲਾ ਮੁੜ ਪੈਸੇ ਦੇ ਛੋੜੇ ਤਾਂ ਮੁੜ ਨਾ ਨਹੀਂ ਆਉਣੀ ਹੁਣ ਤੈਨੂੰ ਪੱਕੀ ਗੱਲ ਕੀਤੀ ਕੱਚੀ ਕਰਨੀ ਆਈ ਨਹੀਂ ਸਹੀ ਗੱਲ ਵੀ ਵਾਰ ਇੱਕ ਹੋਰ 30 ਬੂਟਿਆਂ ਦਾ ਸੌਦਾ ਸਾਡਾ ਹੋਇਆ ਬਹੁਤ ਹੀ ਮੁਸ਼ਕਿਲ ਹੁਣ ਟੱਕੀ ਲਾਈ ਨਹੀਂ ਹੁਣ ਬੂਟਾ ਵੀ ਵਾਰ ਇੱਕ ਲਾਇਆ ਹੁਣ ਟੱਕੀ ਲੈਂਦੇ ਹਾਂ ਹੁਣ ਨਏ ਸਾਰੇ ਦਰਖਤਾਂ ਦਾ ਸੌਦਾ ਹੋਇਆ ਸਾਰੇ ਕਿੱਕਰ ਖਾ ਲੈ ਤਾਂ ਦੋ ਕਿੱਕਰ ਭਰਾਂ ਗਾਰ ਹੀ ਖਾ ਲੈਣ ਕਈ ਵਾਰ ਹੁਣ ਹੋਰ ਜਾ ਰਹੇ ਹਾਂ ਕੋਟ ਬਾਹਰ ਦਾ ਅੱਜ ਵੀਡੀਓ ਚਲੋ ਕੋਈ ਕਾਫੀ ਲੰਮੀ ਆਉਂਦੀ ਪਈ ਹੈ ਅੱਜ ਥਾਂ ਐਂਡ ਕਰਨ ਦਾ ਪਈਆਂ ਵੀਡੀਓ ਦਾ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਹੈ ਬਾਅਦ ਮਿਲਦਾ ਹਾਂ ਨਵੀਂ ਵੀਡੀਓ ਨਾਲ ਤਦ ਤੱਕ ਕੇ ਲਈ ਅੱਲਾ ਹਾਫਿਜ਼ ਸਬਸਕ੍ਰਾਈਬ ਜ਼ਰੂਰ ਕਰਨਾ ਕਰ ਦਿਵੇ